من ساعات ليل والنهار وليا وحافظا وقائدا وناصرا ودليلا وعينا حتى تسكنه ورزق طولا وتمتعه فيها طويلا يا مدبر الامور يا بائس من في القبور يا مجري البحور يا ملين الحديد لداود عليه الصلاه والسلام يا رب الحسين بحق الحسين عليه السلام وادركني مولاه اللهم صل على محمد وآل محمد يا قائم يا صلوات سارے حضرات مل کے سلام اللہ نے آل حسین ایک اور بھی صلوات سارے بندے مل کے سلام ایک نعرہ سناؤ تاکہ عبادت لوکم مار پہنچ جائے چونکہ نام حسین دا سانگ ہے بندہ حسین سانگا یہ بہت بڑا سانگ رشتہ بھی ای ہو بڑا ہے بہرحال بندہ پتراں دی شادیاں تو رہ وین اپنے دکھاں سکھاں کو رہ وین دے مگر حسین دی فوری تو نہیں رہ سکیندا چونکہ ایتھے پاکاں دی ہوے تو واجب سمجھتے ہیں اپنی حاضری چونکہ مولا کی تھوڑی ہے اس وقت حاضر ہو گیا اجازت ہے بسم اللہ بسم اللہ مدینے والا آمنا دلا ٹائم دی مناسبت اس واسطے کہ یہ ٹائم ناتاں دا ہوندا ہے جدا بندہ تھاکو بندے نا باتوں ناتا سنا ٹھیک ہے نا مدینے والا آمنا دلال لا سلطان باو سرکار میرے گا بیٹھی اسی سلام کرنے ہیں تو پیر سنیا دا ہے پیر ساڈے یا علی سرکار ہے یا اودے یارا پوتلے ان سیدا سا اے پیر فقیر دا سلام احترام اسی کرتے ہیں مگر سنیا دا پیر ہے تے شادی نہ منو دی تمن بولو جینو منے دیو دی من بندہ جینو منے وہ دی منے مرشد دا مرشد مرشد ہوندا ہے یار سیانے ہو ملتان آ دیں ہو کور خدا دا بندیاں دی عقل تمہیں حیران ہاں سلطان باو نو منے دے جینو سلطان باو منے دا ہوں جان دے ہی نہیں بولو دا صحیح نا کلام سلطان باو دا ہے عدل کرے تے تھر تھر کمبن اوچیاں شان وا لے مولا زندگی کری ایڈی سی آتا نا تھا بندہ بالکل فٹ مار دو یاتیوں بھی فضل کرے تھے بخش جامن ما
ਮੈਂ ਵਰਗੇ ਮੌਕਾ ਲੈ ਮਸਲਨ ਮੈਂ ਚਾਰ ਗੱਲਾਂ ਕਰਾਂ ਤੇ ਕਹਿਣੇ ਸੁਣਾਈ ਤੇ ਅਗਲਾ ਅੱਧਾ ਸੁਣਾਏ ਦੋਵੇਂ ਤੇ ਦੋਵੇਂ ਨਾ ਦੱਸੇ ਤੇ ਬੇਈਮਾਨੀ ਹੈ ਨਾ। ਹੁਣ ਜਦੋਂ ਸੁਲਤਾਨ ਬਹੁ ਚਾਰ ਗੱਲਾਂ ਦੱਸੀਆਂ ਤੂੰ ਦੱਸ ਜਦੋਂ ਉਸ ਕੀਤੀ ਆਈ ਚਾਰ ਗੱਲਾਂ ਤੇ ਤੂੰ ਦੱਸ ਵੇਖੋ ਨਾ ਬੇਈਮਾਨੀ ਦੋਵੇਂ ਦੱਸਿਆ ਤੇ ਦੋਵੇਂ ਲੁਕਾਈਆਂ ਜਿਹੜੀਆਂ ਲੁਕਾਈ ਦਾ ਮੈਂ ਤਾਂ ਉਹ ਹੀ ਦੱਸਣੀਆਂ ਜ਼ਿੰਦਗੀ ਹੋਵੇ ਸੁਲਤਾਨ ਬਾਉਦਨ ਹੋਵੇ ਮੇਰਾ ਕਤਲ ਵਾਜਿਬ ਤੇ ਜਿਹੜਾ ਨਾ ਮੰਨੇ ਉਹਦਾ ਪਿਓ ਹੀ ਕੋਈ ਨਹੀਂ। ਤਵੱਜੋ ਭਾਈ ਤਕੀਰ ਕੇ ਯਾਦ ਆਏ ਜੰਨਤ ਵੈਸੇ ਨਾ ਜੰਨਤ ਵੈਸੇ ਨਾ ਐਸ਼ ਕਰੇ ਸਨ ਕੌਣ ਇਲਾ ਲੁਮਵ ਫੈਸਲਾ ਫਰੀਦ ਕਿਹਦਾ ਨਹੀਂ ਸੁਲਤਾਨ ਬਾਹੂ ਦਾ ਸਖੀ ਕੇ ਆਦਾ ਫੈਸਲਾ ਕਰ ਛੋੜਿਆ ਪਰੇ ਮੁਕਾ ਛੋੜੀਏ ਫਕੀਰ ਕੇ ਆਦਾ ਬਿਨ ਹੈਦਰ ਆਪਣੇ ਪੁਰਸ਼ੇ ਦੀ ਤਾਂ ਮੈਂ ਪੂਰੀ ਹੋ ਗਈ ਮੇਰੀ ਮਜਲਸ ਚੁੱਕੇ ਟੈਮ ਇੱਕ ਮੈਂ ਲੈ ਗਿਆ ਮਜਲਿਸ 3-4 ਵਜੇ ਤੱਕ ਮੈਂ ਆਖਿਆ ਬਈ ਪਰਚੇ ਕਰਨੇ ਨੇ ਇੱਥੇ ਕਰੋ ਮੈਨੂੰ ਟੱਕੜਾ ਹੀ ਨਹੀਂ ਇੱਥੇ ਪਰਸੋਂ ਮਜਲਿਸ ਆਈ ਸਵੇਰੇ 9 ਵਜੇ ਸ਼ੁਰੂ ਕੀਤੀ ਹੈ ਰਾਤੀ 3 ਵਜੇ ਮੁਕਾਈ ਉੱਥੋਂ ਆਏ ਨਾ ਕੁੰਡੇ ਮੈਂ ਆਖਿਆ ਬਾਈ ਮੁਲਕੀ ਸਾਹਿਬ ਦਾ ਹੋਵੇ ਗਾਰੀ ਸਾਹਿਬ ਦਾ ਹੋਵੇ ਉਹ ਮੇਰੀ ਮਾਤ ਸਾਨੂੰ ਪੜ੍ਹਨ ਕੋਈ ਨਾ ਦੇਵੇ ਕੋਈ ਵਪਾਰ ਹੈ ਬਾਈ ਮੈਂ ਕਹਿੰਦਾ ਕਰੋ ਪਰਚਾ ਮੈਂ ਕਹਿੰਦਾ ਉੱਤਾ ਮੈਨੂੰ ਸਮੋਕ ਮੁੰਜ ਮੈਨੂੰ ਫਤ ਲੱਭਿਆ ਮੌਲਾ ਬਾਰੀ ਜ਼ਿੰਦਗੀ ਕਰੇ ਸ਼ਮਸ ਦਾ ਦਰਬਾਰ ਮੁਲਕ ਦਾ ਮਜਮਾ ਤੇ ਜੰਗ ਦਾ ਬੰਦਾ ਤੇ ਸੁਲਤਾਨ ਬਾਹੂ ਦਾ ਗਵਾਟੀ ਇੱਕ ਸ਼ੇਰ ਹੋਰ ਸੁਣਾ ਲਵਾਂ ਮੈਨੂੰ ਕੁਰਾਨ ਦੀ ਸੌਮੀ ਨੇ ਸੁਲਤਾਨ ਬਾਹੂ ਦੀ ਗੱਲ ਸਮਝੀ ਸੀ ਆ ਇਹ ਸਮਝਿਆ ਹੀ ਤੁਸਾਂ ਤਵੱਜੋ ਗਏ ਹੈ ਹੁਣ ਇੱਕ ਮੈਂ ਸ਼ੇਰ ਪੜ੍ਹਨਾ ਤੇ ਲਫ਼ਜ਼ ਇੱਕ ਕਰਨਾ ਪਵੇ ਆ ਤੇਰੀ ਜ਼ਿੰਦਗੀ ਹੋਵੇ ਇੱਕ ਸਖੀ ਨੇ ਇੱਕ ਗੱਲ ਕੀਤੀ ਤੇ ਗੱਲ ਡੂਗੀ ਹੈ ਕਿਉਂ ਪਿੱਤਰੇ ਗੱਲ ਡੂਗੀ ਹੈ ਟੁੱਬੀ ਮਾਰਨੀ ਪਊਸੀ ਆ ਜੇ ਤਾਂ ਟੁੱਬੀ ਨਾ ਮਰੇ ਸੋ ਗੱਲ ਲੱਭਣੀ ਕੋਈ ਤੇ ਫਰੀ ਇਹ ਗੱਲ ਕੀਤੀ ਹੈ ਸਖੀ ਸੁਲਤਾਨ ਬਾਹੂ ਤੇ ਬੜੀ ਅਜੀਬ ਕੀਤੀ ਹੈ ਹੁਣ ਮੈਂ ਤਸ਼ਰੀਆ ਤਾਂ ਕਰਨੀ ਹੈ ਕੋਈ ਨਹੀਂ ਜੋ ਮੇਰੇ ਹਾਲੀ ਅੱਗਾ ਮਜਾ ਡੱਬੋ ਰਾਮ ਕੋਈ ਨਹੀਂ ਤੇ ਕੁਝ ਆਪ ਸਿਆਣੇ ਬਣਿਆ ਹੈ ਤਕੀਰਾ ਤੱਕੇ ਜਾਗਨੋ ਕੇ ਜਾਗ ਨ ਜਾਣੇ ਜਾਗਣਾ ਕੋਈ ਜੁਰਮ ਹੈ ਜਾਗਣਾ ਕੋਈ ਗੁਨਾਹ ਪਰ ਬੰਦਾ ਜਾਗੇ ਤੇ ਬੰਦੇ ਯਾਰ ਜਾਗੇ ਇਹ ਜਿੱਦਾਂ ਦਾ ਬੰਦਾ ਜਾ ਕੇ ਜੋ ਛਿਣਕਾ ਮਿਲੇ ਤੇ ਬੰਦਾ ਬੇਸ਼ਾ ਤੋ ਆਇਓ ਰੱਬਾ ਕਿਵੇਂ ਸਮਝਾ ਉਹ ਜਾਗਦੇ ਬੈਠੇ ਮੈਂ ਤੈਨੂੰ ਕੋ ਜਾ ਕੇ
ਮੈਂ ਪੜਦਾ ਗੱਲ ਤੂੰ ਸਾਹਮਣੇ ਕੋਈ ਗੱਲ ਕੀਤੀ ਜਾ ਕੋਣ ਤਾਂ ਇਹ ਹੋਇਆ ਬੰਦਾ ਜਾਗਦਾ ਬੈਠ ਚੋ ਤੇ ਗਵਾਤੀ ਆ ਕੇ ਚੁੱਪ ਇਸ ਬੈਠਣ ਵਾਲਾ ਬੰਦਾ ਇਹ ਜਾਗਣ ਵਾਲਾ ਬੰਦਾ ਸੁੱਤੋ ਹੋਇਆ ਚੰਗਾ ਹੈ ਫਕੀਰ ਕੇ ਆਦਾ ਕਈ ਜਾਗਨੋ ਕਈ ਜਾਗ ਨ ਜਾਣੇ ਬਾਬਿਆ ਕਰਮ ਕਰੇ ਮੈਂ ਇੱਥੇ ਮੈਂ ਰੂਹ ਤੇ ਆਇਆ ਖਲੋਤਾ ਕਈ ਜਾਗਦੇ ਆਈ ਸੁੱਤੇ ਪਤਾ ਨਹੀਂ ਕੋਈ ਕਿੱਥੇ ਜਾ ਗਿਆ ਤੇ ਬੈਠਾ ਜਾ ਗਿਆ ਕਈ ਜਾਗਦੇ ਆਈ ਸੁੱਤੇ ਉਹ ਫਕੀਰ ਕੇ ਆਦਾ ਕੀ ਹੋਇਆ ਸਮਝ ਆਈਏ ਟੁੱਬੀ ਮਾਰ ਦੀ ਆਈ ਨਾ ਥਾਂ ਲੱਭਿਆ ਰੱਬਾ ਕੀ ਹੋਇਆ ਮਦੀਨੇ ਵਾਲਾ ਬਾਬਾ ਮੁਕਦਾ ਵੀ ਇੱਕ ਬੰਦਾ ਖਲਾ ਪੜੇ ਨਾ ਮੌਲਵੀ ਜਿਵੇਂ ਮੈਂ ਖਲਾ ਪੜ ਉਹ ਪੜੇ ਖਲਾ ਤੇ ਪੜ ਪੜ ਕੇ ਥੱਕ ਵੀ ਹੈ ਤੇ ਕੋਈ ਹਲੇ ਆਈ ਨਾ ਉਹਦਾ ਕਿਆ ਕੋ ਸੁਭਾਨ ਅੱਲਾ ਬੰਦੇ ਚੋ ਉਹਦਾ ਕਿਆ ਕੋ ਸੁਭਾਨ ਅੱਲਾ ਬੰਦੇ ਚੋ ਮੌਲਵੀ ਸਿੱਧ ਕਰ ਗਿਆ ਉਹ ਲਾ ਕੇ ਆਖੋ ਸੁਭਾਨ ਅੱਲਾ ਨਹੀਂ ਤਾਂ ਮੈਂ ਹੀ ਚੋਪ ਲੈ ਬਚੜੇ ਜੀ ਵੀ ਨੇ ਤੇ ਸ਼ਾਲਾ ਵਸੋ ਪਏ ਹੁਣ ਮਜਬ ਮੈਂ ਚੁੱਪ ਮੌਲਵੀ ਚੁੱਪ ਬੋਲੇ ਕੌਣ ਤੇਰੇ ਜੀ ਇੱਕ ਚੁੱਪ ਬੰਦਾ ਉੱਠਿਆ ਜੀ ਮੈਂ ਤੁਸੀਂ ਆਣਾ ਹੈ ਵੀ ਝੂਠੀ ਗੱਲ ਉਹ ਸਾਖਿਆ ਮੌਲਵੀ ਸਾਹਿਬ ਇਹ ਤਕਰੀਰ ਨੇ ਕਿਤਨੇ ਪੈਸੇ ਮੁਕਾਏ ਨੀ ਉਹ ਸਾਖਿਆ 2000 ਉਹ ਸਾਖਿਆ ਕਿਬਲਾ ਮੈਂ ਤੂੰ 2500 ਲੈ ਲੈ ਸੁਭਾਨ ਅੱਲਾ ਆ ਪਾਕ ਲੱਗੀਆਂ ਨੀ ਬਾਜਾ ਬਚੜਿਓ ਇਸ ਉਮਰ ਇੱਥੇ ਬੰਦੇ ਤਰਕੜੇ ਆਉਂਦੇ ਬੁੱਢੇ ਤਰਕੜੇ ਬੈਠੇ ਨੇ ਝੂਰ ਬੁੱਕੇ ਬੈਠੇ ਅਲਾਲੀ ਬਲਾਲੀ ਅਗਲੇ ਪਿਛਲੇ ਮਿਲ ਕੇ ਸਾਡਾ ਬਚੜੇ ਜੀ ਨੇ ਸਾਡਾ ਦੱਸੋ ਨਬੀ 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 ਓ ਨਬੀ 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 ਨਬੀ
nabi ya nabi 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 oh nabi 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 ya nabi 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 oh nabi 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 بیٹی بطول ہے بخشش بغیر حب علی ہو یہ تیری بھول ہے جنت جو حسن و حسین کا صدقہ قبول ہے ارمان سے گل دے کلمہ پڑھ کے اٹھانے بطول دے پتر رومو نامے نا تے سر جھکا بیٹھا اے بھی ایک پرسے دا طریقہ ہے بلا ملے بھائی کلمہ پڑھ کے لٹیاں نے علی دیاں دیاں نو میں نو شمس دی قسم پنجا سال دا نوکر آ بطول دیا پتراں دا جڑے سنی بیٹھے ہو اے قرآن اے دے سونے محمد دا نام اے میرے سر تے غلط آکھا نبی میری شفاعت نہ کرے قبر مینوں جاہ نہ دے وے کلمے دا واسطہ اے تے قرآن چاہی کھلو تو پڑھ کتاباں پوچھ مولویاں کول کربلا اچ اک نے کربلا اچ دو نہیں سو نہیں اٹھارہ ہزار کاریا جنا فتوا دتا ہے لوٹ لو پتھر دل نہیں روتا دل پتھر ہوئے تو نہیں روتا صدقہ 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 اٹھارہ ہزار کاریے قرآن صدقہ ہوئے بھلا ہوئی جنہ لکھ دیتا ہے حسین دا قتل جائے ایک بین ہوا دیا جلدی مارو نماز کلا پھئی جلدی مارو جمعہ دا ٹائم بھی ہوں دے اللہ مولا دے ذاکر دی بھونی قبول کرے سال دی محنت ہو دی ایسا ذاکرہ دی مقصد ہوں دے پرسا ہوئے گریا ہوئے جڑی شام چوان دی راضی ہو کے بندی حکم دی تامیل چک باندھ پردا جڑے پنی بیٹھے سندان دے در تے آو میری شام علی پاک موزباں ملتان دے مومن پرسا دے دے بابا شامس قبول کرے ساری نوکر تے پرسا سندان دے در تے پیا منگی تا خائم دا صدقہ 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 آیاتی انہیں زدگی ہوگی مار پیڑ گئی شالا غریب کوئی نہ ہوگی پیا منگی تا خائم دا شالا جوانی آمانو منت کرے سا دیاں قربان کرا میں صدقے جا سالا میں سمجھا لما سیدہ دا مسلمان قیدی مجبوراں او میری بھیڑ مر گئی مسلمان او میری
ਮੇਰੀ ਮਦਦ ਕਰੋ ਮੁਲਤਾਨ ਵਾਲਿਓ ਮੁਸਲਮਾਨ ਇਕੱਠੇ ਹੋ ਆਦਲ ਕੈਦੀ ਕਿਹੜੀ ਮਦਦ ਮੰਗਦਾ ਹੈ ਉਹ ਬੈਲ ਵਾਸਤੇ ਪਾਣੀ ਮੰਗਦਾ ਇਮਾਮ ਫਰਮਾਇਦਾ ਹੈ ਨਹੀਂ ਬੈਲ ਵਾਸਤੇ ਕਫਨ ਮੰਗਦਾ ਇਮਾਮ ਫਰਮਾਇਦਾ ਜ਼ਾਲਮ ਮੈਨੂੰ ਬੇਰ ਮਨਾ ਕਰ ਗਈਆ ਤੇ ਸਜਾਦ ਬਿਰਾ ਮੇਰੇ ਪਿਓ ਦੇ ਕਾਤਲਾ ਤੂੰ ਮੇਰਾ ਕਫਨ ਮੰਗੇ ਸਦਕਾ ਸਦਕਾ ਚਾਲਾ ਮੈਂ ਤੈਨੂੰ ਸਮਝਾ ਲਾਵਾਂ ਕੈਦੀ ਕਬਰ ਕਟਵਾਉਂਦਾ ਇਮਾਮ ਫਰਮਾਇਦਾ ਨਹੀਂ ਜਨਾਜ਼ਾ ਚਵਾਇਦਾ ਇਮਾਮ ਫਰਮਾਇਦਾ ਨਹੀਂ ਕੈਦੀ ਮੰਗਦਾ ਇਮਦਾਦ ਅਸਾਂ ਕਰਦੇ ਲੈਂਦਾ ਕਿਉਂ ਨਹੀਂ ਇਮਾਮ ਫਰਮਾਇਦਾ ਜ਼ਾਲਮ ਮੇਰਾ ਸਵਾਲ ਸਮਝੋ ਨਾ ਮੈਨੂੰ ਪਾਣੀ ਚਾਹੀਦਾ ਹੈ ਨਾ ਕਫਨ ਚਾਹੀਦਾ ਹੈ ਨਾ ਕਬਰ ਕੱਟ ਦਿਓ ਨਾ ਜਨਾਜ਼ਾ ਚਵਾਓ ਇਮਾਮ ਤੈਬਾ ਜ਼ਮੀਨ ਤੇ ਬੈਠਾ ਉੱਠਾ ਹੈ ਇਮਾਮ ਫਰਮਾਇਦਾ ਇਹੋ ਕੁਛ ਪਿਆ ਮੰਗਦਾ ਓ ਮੈਂ ਚਾਹੁੰਦਾ ਮਈਆ ਮਈਆ ਤੂੰ ਮਾਸੂਮਾ ਦੇ ਚਾਲਾ ਮੈਂ ਸਮਝਾ ਲਵਾਂ ਖਤਮ ਹੋ ਗਈ ਪੜ੍ਹਾਈ ਇੱਕ ਮਿੰਟ ਮੈਂ ਹੋਰ ਪੜ੍ਹਨਾ ਪੜ੍ਹਨਾ ਕੁਛ ਹੋਰ ਆ ਭਾਈ ਦੇ ਹੁਕਮ ਦੀ ਤਾਵੀ ਜਿਹੜੇ ਜਵਾਨ ਬੈਠੇ ਹੋ ਹੱਥ ਬੰਨ ਕੇ ਮੌਲਾ ਦਾ ਸਵਾਰ ਆ ਕਈ ਦਫ਼ਾ ਦਾ ਫਾਦਾ ਬਜ਼ੁਰਗਾ ਮੌਲਾ ਹੁਸੈਨ ਦਾ ਜ਼ਾਕਿਰਾ ਮਹਿਮਾਨ ਸਵਾਲ ਕਰੇਗਾ ਜੇ ਅਲੀ ਦੀ ਧੀ ਦੀ ਚਾਦਰ ਨੂੰ ਰੋਣਾ ਭੁੱਲ ਕੇ ਸ਼ਰਾਬ ਨਾ ਵੇਖ ਜੇ ਅਲੀ ਅਕਬਰ ਦੀ ਜਵਾਨੀ ਨੂੰ ਰੋਣਾ ਸ਼ਰਾਬ ਨਾ ਵੇਖ ਇਮਾਮ ਫਰਮਾਇਦਾ ਮੈਂ ਭੈਣ ਵਾਸਤੇ ਚਾਰ ਘੰਟੇ ਪਾਣੀ ਮੰਗਦਾ ਰਿਹਾ ਹਰਾਮੀ ਸ਼ਰਾਬ ਪੀ ਇਮਾਮ ਫਰਮਾਇਦਾ ਰਾਲੇ ਮਾਂ ਮੇਰੀ ਭੇਣ ਮਰ ਗਈ ਹੈ ਮੈਨੂੰ ਭੇਣ ਵਾਸਤੇ ਪਾਣੀ ਦੇ ਪਾਣੀ ਉਹ ਮੰਗਦਾ ਜਿਹੜੇ ਮੇਰੇ ਬੱਚੇ ਤੇ ਪਰਦੇਦਾਰ ਪੀਂਦੇ ਨੇ ਇੱਕ ਹਫ਼ਤੇ ਦਾ ਇਕੱਠਾ ਪਾਣੀ ਦੇ ਇਮਾਮ ਪਾਣੀ ਲੈ ਕੇ ਉੱਥੇ ਆਇਆ ਜਿੱਥੇ ਮਾਵਾਂ ਭੂਪੀਆਂ ਬੈਠੀਆਂ ਆਦਾ ਅੰਮਾ ਵੋ ਜੀਵੇ ਮੇਰਾ ਕੈਦੀ ਪੁੱਛਣਾ ਅੰਮਾ ਮੈਂ ਭੈਣ ਦੇ ਗੁਸਲ ਵਾਸਤੇ ਪਾਣੀ ਲਾਇਆ ਆਇਆ ਮੇਰੀ ਭੈਣ ਗੁਸਲ ਦੇ ਜਵਾਬ ਦੀ ਉਹ ਚਾਰ ਸਾਲ ਦੀ ਮਾਸੂਮਾ ਸੈਯਦ ਦਾਦੀ ਇਹਦੇ ਗੁੱਸਲ ਤੇ ਚੌਖੀ ਦੇਰ ਲੱਗੀ ਉਸ ਭਾਈ ਜਾਨ ਅੱਧਾ ਘੰਟਾ ਚਲੋ ਘੰਟਾ ਮੰਨ ਲੈਣਾ ਜਦਨ ਕਾਫੀ ਦੇਰ ਗੁਜ਼ਰੇ ਤੇਰੇ ਰਾਤ ਰੋਣ ਵਾਲਾ ਮੌਲਾ ਜ਼ਮੀਨ ਤੇ ਜਨ ਵੀ ਆਦਾ ਅੰਮਾ ਵੋ ਦੇਰ ਕਿਉਂ ਲਈ ਬੀਬੀਆ ਦੇ ਦੁਆ ਮੰਗ ਲੈ ਸ਼ਾਲਾ ਮਰਵਲੀ ਅੰਮਾ ਮੈਂ ਹੁਸਲ ਦਾ ਪੁੱਛਦਾ ਅੰਮਾ ਤੁਸਾਂ ਮੌਤ ਮੰਗਦੇ ਹੋ ਅੰਮਾ ਮੌਤ ਕਿਉਂ ਮੰਗਦੀ ਹੈ ਮੌਤ ਨਾ ਮੰਗਾ ਤੇ ਕੀ ਕਰਾਂ ਜ਼ੰਜੀਰ ਨਹੀਂ ਲਾ ਦੇ ਆਲਾ ਭੈਣ ਤੇਰੀ ਮਾਤਾ ਸਦਕਾ ਜ਼ੰਜੀਰ ਨਹੀਂ ਲਾ ਦੇ ਹੈ ਵੋ ਭੈਣ ਤੇਰੀ ਬੇਬਾ ਮਾਲ ਬੰਨੀ ਮੈਂ ਕੀ ਕਲਾ ਸੱਚਾ ਗੱਲ ਸੁਣੇ ਸੰਜੀਰ ਪਵਸ ਤੈਨੂੰ ਹੱਡੀਆਂ ਵਿੱਚ ਮੂੰਹ ਬੰਦ ਹੋ ਗਏ ਜ਼ਖਮਾ ਮਾਂ ਦੀ ਮਜਬੂਰੀ ਮੇਰਾ ਕੈਦੀ ਬਚਣਾ